ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜੀਤ ਕੌਰ ਸਪੁੱਤਰੀ ਸਰਦਾਰ ਹਰਚੰਦ ਸਿੰਘ ਵਾਸੀ ਪਿੰਡ ਅਬਦੁਲਪੁਰ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹਾਂ ਅਤੇ ਮੈਂ BA ਫਸਟ ਈਅਰ ਦੀ ਸਟੂਡੈਂਟ ਹਾਂ ਅਤੇ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫੋਰ ਗਰਲਜ਼ ਆਕੜ ਪਟਿਆਲਾ ਵਿਖੇ ਪੜ੍ਹਦੀ ਹਾਂ। ਸੋ ਆਪਾਂ ਨੂੰ ਇਹ ਗੱਲ ਭਲੀ ਭਾਂਤ ਪਤਾ ਹੈ ਕਿ ਸਾਨੂੰ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨਸੀਬ ਹੋਈ ਹੈ ਜੋ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਨਹੀਂ ਆਉਂਦੀ। ਸੋ ਅਸੀਂ ਬਹੁਤ ਵੱਡੇ ਭਾਗੀ ਹਾਂ ਤਾਂ ਅਸੀਂ ਕੋਸ਼ਿਸ਼ ਕਰੀਏ ਇਸ ਸਮੇਂ ਨੂੰ ਅਸੀਂ ਵਿਅਰਥ ਨਾ ਗਵਾਈਏ, ਇਸ ਸਮੇਂ ਦਾ ਅਸੀਂ ਲਾਭ ਉਠਾਈਏ, ਅਸੀਂ ਗੁਰੂ ਸਾਹਿਬ ਜੀ ਦੇ ਪਾਈ ਪੁਰਨਿਆਂ 'ਤੇ ਚੱਲੀਏ, ਉਹਨਾਂ ਦੇ ਜੀਵਨ ਇਤਿਹਾਸ ਤੋਂ ਜਾਣੂ ਹੋਈਏ, ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਈਏ ਅਤੇ ਉਹਨਾਂ ਦੀ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ। ਸੋ ਸਾਨੂੰ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਬਾਰੇ ਗੱਲ ਕਰਾਂਗੇ। ਸਾਨੂੰ ਪਤਾ ਹੈ ਗੁਰੂ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਅਤੇ ਆਪ ਜੀ ਦਾ ਜਨਮ 1 April 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਗੁਰੂ ਕੇ ਮਹਿਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਸਾਹਿਬ ਜੀ ਦੇ ਅਸੀਂ ਜੇ ਝਾਤ ਮਾਰੀਏ ਤਾਂ ਉਹਨਾਂ ਦੇ ਜੀਵਨ ਤੋਂ ਪਹਿਲੀ ਸਿੱਖਿਆ ਹੀ ਇਹ ਮਿਲਦੀ ਹੈ ਕਿ ਸਾਨੂੰ ਕਦੀ ਵੀ ਕਿਸੇ ਦਾ ਨੰਗੇਜ਼ ਵੇਖ ਕੇ, ਕਿਸੇ ਦੀ ਗਰੀਬੀ ਦੇਖ ਕੇ ਕਦੀ ਹੱਸਣਾ ਨਹੀਂ ਚਾਹੀਦਾ, ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਾਨੂੰ ਸਗੋਂ ਆਪਣੀ ਸਮਰੱਥਾ ਅਨੁਸਾਰ ਉਹਦੀ ਮਦਦ ਵੀ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਜਦ ਗੁਰੂ ਸਾਹਿਬ ਜੀ ਹਜੇ 4 ਸਾਲ ਦੇ ਸਨ ਤਾਂ ਆਪ ਜੀ ਨੇ ਇੱਕ ਬੱਚੇ ਨੂੰ ਦੇਖਿਆ ਜੋ ਕਿ ਨਿਰਵਸਤਰ ਸੀਗਾ। ਗੁਰੂ ਸਾਹਿਬ ਜੀ ਨੇ ਉਸਦੀ ਸਹਾਇਤਾ ਕੀਤੀ, ਆਪਣੇ ਵਸਤਰ ਉਸਨੂੰ ਦੇ ਦਿੱਤੇ ਅਤੇ ਆਪ ਨਿਰਵਸਤਰ ਹੋ ਕੇ ਘਰ ਆਏ। ਅਤੇ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੇ ਚੰਗੇ ਬੱਚੇ ਬਣ ਸਕਾਂਗੇ, ਤਾਂ ਹੀ ਉਹਨਾਂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕਾਂਗੇ। ਅਤੇ ਅਸੀਂ ਇਸ ਤੋਂ ਬਾਅਦ ਅਸੀਂ ਸਾਨੂੰ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਨੇ ਕਿ ਜਿੱਥੇ ਅਸੀਂ ਦਇਆ ਕਰਨੀ ਹੈ ਅਤੇ ਸਾਡੇ ਵਿੱਚ ਹਿੰਮਤ ਵੀ ਹੋਣੀ ਚਾਹੀਦੀ ਹੈ, ਬਹਾਦਰੀ ਵੀ, ਅਸੀਂ ਬਹਾਦਰ ਵੀ ਬਣਨਾ। ਜਦ ਗੁਰੂ ਸਾਹਿਬ ਜੀ ਹਜੇ 13 ਸਾਲ ਦੇ ਸਨ ਤਾਂ ਆਪ ਜੀ ਨੇ ਆਪਣੇ ਪਿਤਾ ਦੇ ਨਾਲ ਜੰਗ ਵਿੱਚ ਤੇਗ ਦੇ ਜੋਧ ਦਿਖਾਏ ਅਤੇ ਆਪ ਜੀ ਦਾ ਨਾਮ ਉਸ ਤੋਂ ਬਾਅਦ ਤਿਆਗਮੱਲ ਤੋਂ ਤੇਗ ਬਹਾਦਰ ਪੈ ਗਿਆ, ਭਾਵ ਤੇਗ ਦੇ ਧਨੀ। ਸੋ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਦਇਆ ਦੇ ਨਾਲ ਨਾਲ ਬਹਾਦਰੀ ਵੀ ਸਾਡੇ ਵਿੱਚ ਹੋਣੀ ਚਾਹੀਦੀ ਹੈ। ਸੋ ਅਸੀਂ ਵੀ ਤਾਂ ਕਿ ਅਸੀਂ ਵੀ ਜ਼ੁਲਮ ਦਾ ਡਟ ਕੇ ਮੁਕਾਬਲਾ ਕਰ ਸਕੀਏ। ਇਸ ਤੋਂ ਬਾਅਦ ਅਸੀਂ ਜਾਣਦੇ ਹਾਂ ਗੁਰੂ ਸਾਹਿਬ ਜੀ ਨੇ ਜੋ ਧਰਮ ਦੇ ਪ੍ਰਚਾਰ ਲਈ ਦੂਰ ਦੂਰ ਤੱਕ ਯਾਤਰਾ ਕੀਤੀ। ਸੋ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਹ ਗੱਲ ਜ਼ਰੂਰੀ ਨਹੀਂ ਕਿ ਇੱਕ ਜੋ ਪ੍ਰਚਾਰਕ ਹੈ ਉਹਨੇ ਹੀ ਪ੍ਰਚਾਰ ਕਰਨਾ, ਸਾਨੂੰ ਵੀ ਪ੍ਰਚਾਰਕ ਬਣਨਾ ਚਾਹੀਦਾ ਹੈ। ਅਸੀਂ ਜਿੱਥੇ ਵੀ ਜਾਈਏ ਉੱਥੇ ਸਿੱਖੀ ਨੂੰ ਫੈਲਾਈਏ ਅਤੇ ਆਪਣੀ ਸਿੱਖੀ ਦੀ ਖੁਸ਼ਬੂ ਤਾਂ ਕਿ ਦੂਰ ਦੂਰ ਤੱਕ ਫੈਲ ਸਕੇ, ਇਹਦਾ ਬੂਟਾ ਵੱਡਾ ਹੋ ਸਕੇ। ਅਤੇ ਜੇ ਜ਼ਿਆਦਾ ਨਹੀਂ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਢਾਲ ਲਈਏ ਕਿ ਸਾਡਾ ਜੀਵਨ ਹੀ ਇੱਕ ਪ੍ਰਚਾਰ ਬਣ ਜਾਵੇ, ਸਾਡਾ ਜੀਵਨ ਹੀ ਇੰਨਾ ਪ੍ਰਭਾਵਿਤ ਹੋ ਜਾਵੇ। ਅਤੇ ਇਸ ਤੋਂ ਬਾਅਦ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਨੂੰ ਜ਼ੁਲਮ ਖਿਲਾਫ ਜ਼ਰੂਰ ਲੜਨਾ ਚਾਹੀਦਾ ਹੈ, ਸਾਨੂੰ ਕਦੇ ਜ਼ੁਲਮ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ, ਸਾਨੂੰ ਚਾਹੇ ਕੁਰਬਾਨੀ ਦੇਣੀ ਪਵੇ। ਜਦ ਅਸੀਂ ਵੀ ਜਾਣਦੇ ਹਾਂ ਜਦ ਹਿੰਦੂ ਧਰਮ 'ਤੇ ਕਿੰਨੇ ਅੱਤਿਆਚਾਰ ਹੋ ਰਹੇ ਸੀ, ਔਰੰਗਜ਼ੇਬ ਕਿੰਨੇ ਜ਼ਿਆਦਾ ਅੱਤਿਆਚਾਰ ਕਰ ਰਿਹਾ ਸੀਗਾ, ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਜੋ ਉਹਦੇ ਜ਼ੁਲਮ ਅੱਗੇ ਗੋਡੇ ਟੇਕ ਦਿਓ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਮਦਦ ਕੀਤੀ ਹਿੰਦੂ ਪੰਡਿਤਾਂ ਦੀ, ਅਤੇ ਉਹਨਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਧਰਮ ਲਈ ਆਪਣੀ ਜਾਨ ਕੁਰਬਾਨ ਕੀਤੀ। ਸੋ ਸਾਨੂੰ ਵੀ ਕਦੇ ਜ਼ੁਲਮ ਅੱਗੇ ਲੜਨਾ ਨਹੀਂ ਚਾਹੀਦਾ, ਚਾਹੇ ਸਾਨੂੰ ਕੁਰਬਾਨੀ ਦੇਣੀ ਪਵੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਕਦੇ ਆਪਣੇ ਅਸੂਲਾਂ ਤੋਂ ਨਹੀਂ ਡਿੱਗਣਾ ਚਾਹੀਦਾ, ਚਾਹੇ ਸਾਨੂੰ ਫਿਰ ਵੀ ਚਾਹੇ ਸਾਨੂੰ ਕੁਰਬਾਨੀ ਦੇਣੀ ਪਵੇ। ਜਦ ਗੁਰੂ ਸਾਹਿਬ ਜੀ ਚਾਂਦਨੀ ਚੌਂਕ ਗਏ, ਜਦ ਔਰੰਗਜ਼ੇਬ ਦੇ ਸਾਹਮਣੇ ਗਏ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਡਰਾਉਣ ਲਈ ਉਹਨਾਂ ਦੇ ਪਿਆਰੇ 3 ਸਿੱਖਾਂ ਨੂੰ ਸ਼ਹੀਦ ਕੀਤਾ ਤਾਂ ਕਿ ਗੁਰੂ ਸਾਹਿਬ ਜੀ ਆਪਣੇ ਅਸੂਲਾਂ ਤੋਂ ਡਿੱਗ ਜਾਣ ਅਤੇ ਸਾਡਾ ਧਰਮ ਕਬੂਲ ਕਰ ਲੈਣ। ਬਟ ਗੁਰੂ ਸਾਹਿਬ ਜੀ ਨਹੀਂ ਡਰੇ ਅਤੇ ਗੁਰੂ ਸਾਹਿਬ ਜੀ ਨੇ ਨਿਰਭੈਤਾ ਨਾਲ ਸ਼ਹੀਦੀ ਦਿੱਤੀ। ਸੋ ਸਾਨੂੰ ਵੀ ਕਦੇ ਡਰਨਾ ਨਹੀਂ ਚਾਹੀਦਾ, ਡੋਲਣਾ ਨਹੀਂ ਚਾਹੀਦਾ, ਨਿਰਭੈ ਬਣਨਾ ਚਾਹੀਦਾ ਅਤੇ ਚਾਹੇ ਸਾਨੂੰ ਕੁਰਬਾਨੀ ਕਿਉਂ ਨਾ ਦੇਣੀ ਪਵੇ। ਸੋ ਜੇ ਅਸੀਂ ਗੱਲ ਕਰੀਏ ਗੁਰੂ ਸਾਹਿਬ ਜੀ ਦੀ ਬਾਣੀ ਦੀ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਤਾਂ ਇੱਕ ਕੁੱਜੇ ਵਿੱਚ ਸਮੁੰਦਰ ਹੈ ਜੋ ਪੂਰੇ ਜੀਵਨ ਜਿਉਣ ਦੀ ਜੁਗਤ ਦੱਸਦੀ ਹੈ। ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਵਿਚਾਰਨੀ ਚਾਹੀਦੀ ਹੈ ਅਤੇ ਜੀਵਨ ਵਿੱਚ ਅਮਲ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਚਰਨ ਚਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ, ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਤਾਂ ਸਾਨੂੰ ਇਸਦਾ ਮਤਲਬ ਹੈ ਕਿ ਸਾਨੂੰ ਜੇ ਅਸੀਂ ਇੱਕ ਕਦਮ ਗੁਰੂ ਵੱਲ ਚੱਲੀਏ ਤਾਂ ਗੁਰੂ ਕਰੋੜਾਂ ਕਦਮ ਅੱਗੇ ਆ ਕੇ ਲੈਂਦਾ। ਸੋ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤਾਂ ਬਹੁਤ ਨੇ, ਬਟ ਸਾਡੇ ਕੋਲ ਸਮੇਂ ਦੀ ਜੋ ਇੰਨਾ ਸਮਾਂ ਨਹੀਂ ਹੈ ਜੋ ਆਪਾਂ ਜ਼ਿਆਦਾ ਗੱਲ ਡਿਸਕਸ ਕਰ ਸਕੀਏ। ਸੋ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਉਹਨਾਂ ਦਾ ਜੀਵਨ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਤੇ ਉਹਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਗੁਰੂ ਭਲੀ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।